ਸਿੰਗਰਾਂ ਦੇ ਲਾਈਵ ਸ਼ੋਅ 'ਚ ਹੰਗਾਮੇ ਦੀਆਂ ਖਬਰਾਂ ਤਾਂ ਹੁਣ ਆਮ ਹੀ ਹੋ ਗਈਆਂ ਨੇ। ਆਏ ਦਿਨ ਹੀ ਕਿਸੇ ਨਾ ਕਿਸੇ ਸਿੰਗਰ ਦੇ ਸ਼ੋਅ 'ਚ ਹੰਗਾਮਾ ਹੁੰਦਾ ਹੈ। ਹੁਣ ਇੱਕ ਵਾਰ ਫਿਰ ਤੋਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੰਜਾਬੀ ਗਾਇਕ ਕਾਕੇ ਦੇ ਲਾਈਵ ਸ਼ੋਅ 'ਚ ਹੰਗਾਮਾ ਹੋਇਆ ਹੈ, ਜਿੱਥੇ ਕੁਝ ਸ਼ਰਾਰਤੀ ਅਨਸਰਾਂ ਨੇ VIP ਗੈਲਰੀ 'ਚ ਪਹੁੰਚ ਕੇ ਹੰਗਾਮਾ ਕੀਤਾ। ਇੰਨਾ ਹੀ ਨਹੀਂ, ਪ੍ਰਸ਼ੰਸਕਾਂ ਨੇ VIP ਗੈਲਰੀ 'ਚ ਬੋਤਲਾਂ ਸਿੱਟਣੀਆਂ ਵੀ ਸ਼ੁਰੂ ਕਰ ਦਿੱਤੀਆਂ ਅਤੇ ਪੁਲਿਸ ਮੁਲਾਜ਼ਮਾਂ ਦੀ ਘੱਟ ਗਿਣਤੀ ਹੋਣ ਕਾਰਨ ਭੀੜ ਬੇਕਾਬੂ ਹੋ ਗਈ। ਇਸੇ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਹਾਲ ਵਿੱਚ ਹੀ ਪਟਾਕੇ ਚਲਾ ਦਿੱਤੇ, ਜਿਸ ਕਾਰਨ ਹਫੜਾ ਦਫੜੀ ਵੀ ਮੱਚ ਗਈ। ਇਸ ਦੌਰਾਨ ਔਰਤਾਂ ਵੀ ਇਹਨਾਂ ਹੁੜਦੰਗੀਆਂ ਦੇ ਵਿੱਚ ਫਸ ਗਈਆਂ, ਜਿਸ ਮਗਰੋਂ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ ਅਤੇ ਇਸ ਦੌਰਾਨ ਧੱਕਾ ਮੁੱਕੀ ਵੀ ਹੋਈ। ਇਸ ਦੇ ਨਾਲ ਹੀ ਪੁਲਿਸ ਨੇ ਹੰਗਾਮਾ ਕਰ ਰਹੇ ਨੌਜਵਾਨਾਂ 'ਤੇ ਲਾਠੀਚਾਰਜ ਵੀ ਕੀਤਾ, ਪਰ ਇਸ ਲਾਠੀਚਾਰਜ ਦਾ ਵੀ ਕੋਈ ਜ਼ਿਆਦਾ ਅਸਰ ਨਹੀਂ ਦਿਖਿਆ। ਇਸ ਮਗਰੋਂ ਮੁੰਡਿਆਂ ਨੇ ਕੁਰਸੀਆਂ 'ਤੇ ਚੜ੍ਹ ਕੇ ਨੱਚਣਾ ਸ਼ੁਰੂ ਕਰ ਦਿੱਤਾ ਅਤੇ ਕੁਰਸੀਆਂ ਤੋੜ ਦਿੱਤੀਆਂ। ਹੰਗਾਮਾ ਕਰ ਰਹੇ ਨੌਜਵਾਨਾਂ ਦਾ ਰਵੱਈਆ ਦੇਖ ਆਮ ਲੋਕ ਉੱਥੋਂ ਆਪਣੇ ਘਰਾਂ ਨੂੰ ਜਾਣ ਲੱਗੇ। ਉੱਥੇ ਹੀ ਪੁਲਿਸ ਨੇ ਲਾਠੀਚਾਰਜ ਮਗਰੋਂ 3-4 ਨੌਜਵਾਨਾਂ ਨੂੰ ਫੜ ਆਪਣੀ ਕਾਰ 'ਚ ਬਿਠਾ ਲਿਆ। ਇਸ ਤੋਂ ਬਾਅਦ ਸੈਰ ਸਪਾਟਾ ਵਿਭਾਗ ਦੇ ਹਿਸਾਰ ਮੇਲੇ ਦੌਰਾਨ ਫਲੇਮਿੰਗੋ ਕਲੱਬ 'ਚ ਚੱਲ ਰਹੇ ਇਸ ਪ੍ਰੋਗਰਾਮ ਨੂੰ ਪ੍ਰਬੰਧਕਾਂ ਨੇ ਰੱਦ ਕਰ ਦਿੱਤਾ। ਹਾਲਾਂਕਿ ਇਹ ਪ੍ਰੋਗਰਾਮ ਰਾਤ 10 ਵਜੇ ਤੱਕ ਜਾਰੀ ਰਹਿਣਾ ਸੀ, ਪਰ ਇਸ ਤੋਂ ਪਹਿਲਾਂ ਹੀ ਪ੍ਰੋਗਰਾਮ ਨੂੰ ਬੰਦ ਕਰਨਾ ਪਿਆ। ਤਾਂ ਉਹ ਤੁਹਾਨੂੰ ਵੀ ਦਿਖਾਉਂਦੇ ਹਾਂ ਹੰਗਾਮੇ ਦੀਆਂ ਵੀਡੀਓਜ਼। ਨਵੀਆਂ ਅਤੇ ਤਾਜ਼ਾ ਅਪਡੇਟਸ ਜਾਣਨ ਲਈ ਜੁੜੇ ਰਹੋ ਰੰਗਲਾ TV ਦੇ ਨਾਲ।